लुधियाना शहर विचले बुढ़े नाले दे बाबत सारे सब कुछ जानते हैं कि किस तरीके गंदा नाला लोगों बीमारियां तोहफे के रूप दे रहा है। लंबे समय तो वख-वख पार्टियां दीआं सरकारां दे वल्लों इस गल दे दावे वार वार किए जा रहे हैं कि जदों उन्हां दी सरकार आ गई तो वह इस बुढ़े नाले की कायाकल्प करनगे। तो 3.5 साल पहला यही गल लुधियाना तो MP रवनीत सिंह बिट्टू ने भी की सी, पर हाले तक नाले दे मुतलक एक पैसे का भी कामकाज नहीं किया गया। इस गल नूं मुख रखदिआं अज टीटू बाणिया जिन्हां ने कि लोक सभा की चोण भी लड़ी सी, उन्हां दे वल्लों अज DC दफ्तर के मूहरे प्रदर्शन किया गया। उन्हां दे वल्लों अज बोतलों के बुढ़े नाले का गंदा पानी भर के DC दफ्तर के मूहरे बैठा गया। उन्होंने कहा कि इस वक्त सरकारां ते सधारनक नेता कुंभकर्णी नींद सुते पाए ने। उन्होंने कहा कि जेकर हाले भी संबंधित प्रशासन ते अधिकारियों के वल्लों कुछ ना किया गया तो जिहड़े भी जी इस बुढ़े नाले करके मर रहे ने अगले दिनों के उन्हां सारयां नूं लैके DC दफ्तर के मूहरे पहुँचणगे। अज मैं DC दफ्तर बुढ़े नाले सैंपल लैके पहुँचा वा तो मैं DC साहब नूं बेनती करन आया वा भी बुढ़ा नाला छेती छेती साफ कराया जाए। जिहड़ा फैक्ट्री वाले इस गंदा पानी पा रहे आ जां उच गोहा पै रहा वा जां लोकी मरे हुए कुत्ते वगैरह सट रहे आ, उन्हां ते 302 दा पर्चा कट्टिया जाए। साडे सरकारां ने आउंदियां ने जांदियां ने, कई साडे लीडर हैगे आ लंगर लाई जांदे आ दवाइयां दा लंगर भी ला लो, पर जिन्हां नाल दवाइयां यानी लगदियां ने बीमारियां उन्हां दा खात्मा भी करो। अज मैं सैंपल लैके आया वा तो मैं DC साहब नूं बेनती करदा वा भी बुढ़ा नाला जल्द तो जल्द साफ कराया जाए, नहीं अज तां मैं पानी दे सैंपल लैके आया वा, नहीं बोरीज पा के मरे हुए कुत्ते मरे हुए जानवर जिहड़े उत्थे पए ने वह मैं लैके इत्थे आऊँगा। तो फिर ना कहो भी सरकारां दा टीटू बणिया जुलूस कढ़दा वा। ਉਹੀ ਤਾਂ ਗੱਲਬਾਤ ਆ, ਰਵਨੀਤ ਬਿੱਟੂ ਜੀ ਨੇ ਬਈ 3 ਸਾਲ ਦਾ ਵਾਅਦਾ ਕੀਤਾ ਸੀਗਾ, ਅੱਜ 2 ਸਾਲ ਹੋ ਗਏ ਆ ਪਰ ਬੁੱਢੇ ਨਾਲ ਨੂੰ ਇੱਕ ਪੈਸੇ ਦਾ ਫਰਕ ਨਹੀਂ ਪਿਆ। ਤੇ ਮੈਂ ਰਵਨੀਤ ਬਿੱਟੂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਮੈਂ ਤੈਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਵਾਂ, ਮੇਰਾ ਸੁਪਨਾ ਵਾ, ਪਰ ਮੁੱਖ ਮੰਤਰੀ ਫੇਰ ਹੀ ਬਣੇਗਾ ਜੇ ਕੋਈ ਕੰਮ ਕਰੇਗਾ। ਤੇਰੇ ਲੱਛਣਾਂ ਤੋਂ ਤਾਂ ਕਿਸੇ ਨੇ ਤੈਨੂੰ MP ਨਹੀਂ ਬਣਾਉਣਾ। ਅੱਜ ਮੈਂ ਰਵਨੀਤ ਬਿੱਟੂ ਦੀ ਬੈਟਰੀ ਚਾਰਜ ਕਰਨ ਆਇਆ ਵਾਂ, ਅਤੇ ਜਿਹੜੀ ਬੈਟਰੀ ਚਾਰਜ ਨਹੀਂ ਹੁੰਦੀ ਫਿਰ ਸਾਰਿਆਂ ਨੂੰ ਪਤਾ ਵੀ ਉਹਨੂੰ ਝਟਕੇ ਲਵਾਉਣੇ ਪੈਂਦੇ ਆ, ਫਿਰ ਮੈਂ ਝਟਕੇ ਵੀ ਲਵਾਊਂਗਾ। ਬਸ ਝਟਕੇ ਲਾਵਾਂਗੇ ਜੀ, ਸਾਰਾ ਗੱਲ ਅੱਜ ਹੀ ਨਹੀਂ ਦੱਸਣੀ। ਕਿਹੜਾ ਰਵਨੀਤ ਬਿੱਟੂ ਨੂੰ ਬੇਨਤੀ ਹੈਗੀ ਆ, ਨਾਲੇ ਰਵਨੀਤ ਬਿੱਟੂ ਜੀ ਨੇ ਕਿਹਾ ਸੀਗਾ ਵੀ ਭਾਵੇਂ ਮੋਦੀ ਦੇ ਪੈ ਫੜਨੇ ਪੈਣ ਵੀ ਮੈਂ ਬੁੱਢਾ ਨਾਲਾ ਸਾਫ਼ ਕਰਵਾ ਕੇ ਛੱਡੂੰਗਾ। ਮੈਂ ਰਵਨੀਤ ਬਿੱਟੂ ਜੀ ਨੂੰ ਕਹਿੰਦਾ ਵਾਂ ਵੀ ਕਦੋਂ ਜਾ ਰਹੇ ਹੋ ਮੋਦੀ ਕੋਲ, ਮੈਨੂੰ ਵੀ ਨਾਲ ਲੈ ਚੱਲਿਓ, ਇੱਕ ਪੈਰ ਤੁਸੀਂ ਫੜ ਲਿਓ, ਦੂਜਾ ਪੈਰ ਮੈਂ ਫੜ ਲੂੰਗਾ ਅਤੇ ਉਹਦੀ ਮਿਹਨਤਾਂ ਕਰ ਲਾਂਗੇ। ਜੇ ਨਾ ਮੰਨੇ ਮੋਦੀ ਸਾਹਿਬ ਫਿਰ ਖਿੱਚ ਕੇ ਲਿਆਵਾਂਗੇ। ਯਾਨੀ ਹੌਸਲੇ ਨਾਲ ਆ ਬੁੱਢਾ ਨਾਲ ਸਾਫ ਆਉਣਾ ਵਾ, ਜਨੂਨ ਨਾਲ ਸਾਫ ਆਉਣਾ ਵਾ, ਘਰੇ ਲਾਈਵ ਹੋ ਕੇ ਜਾਂ ਇੱਕ ਗੇੜਾ ਲਾ ਕੇ ਇਹਨੂੰ ਠਲਣੀ ਪੈਣੀ। ਅਤੇ ਮੈਂ ਬੇਨਤੀ ਕਰਦਾ ਵਾਂ ਵੀ ਜਿਹੜੇ ਦਵਾਈਆਂ ਦਾ ਲੰਗਰ ਲਾ ਰਹੇ ਆ ਉਹਨਾਂ ਨੂੰ ਵੀ ਬੇਨਤੀ ਹੈਗੀ ਆ, ਵਿਰੋਧੀ ਧਿਰਾਂ ਨੂੰ ਵੀ ਬੇਨਤੀ ਹੈਗੀ ਆ। ਅੱਜ ਮੌਜੂਦਾ ਸਰਕਾਰ ਕਾਂਗਰਸ ਦੀ ਆ, ਲੋਕ ਬਾਦਲਾਂ ਨੂੰ ਮੰਦਾ ਚੰਗਾ ਬੋਲੀ ਜਾਂਦੇ ਆ, ਮੈਂ ਕਿਹਾ ਬੋਲੋ, ਮੈਂ ਨਹੀਂ ਰੋਕਦਾ ਵੀ ਬਾਦਲਾਂ ਨੂੰ ਮੰਦਾ ਚੰਗਾ ਨਾ ਬੋਲੋ, ਪਰ ਮੌਜੂਦਾ ਸਰਕਾਰ ਹੈਗੀ ਆ ਉਹਨਾਂ ਤੋਂ ਕੰਮ ਲੈ ਲਓ, ਕਿਉਂਕਿ ਬੁੱਢਾ ਨਾਲਾ ਲੋਕਾਂ ਦਾ ਟੈਕਸ ਰੁਪਈਆ ਪੈਸਾ ਖਾ ਗਿਆ ਵਾ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ TV ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ ਕਸਬਾ ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ TV ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ TV ਦੇ ਨਾਲ।